ਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਇਹ ਗੱਲ ਅਸੀਂ ਭੁੱਲ ਜਾਈਏ ਵੀ ਬਿਨਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰੇਮ ਕੀਤਿਆਂ ਅਸੀਂ ਕੁਝ ਪ੍ਰਾਪਤ ਕਰ ਸਕਦੇ ਹਾਂ? ਕੋਈ ਪ੍ਰਾਪਤ ਨਹੀਂ ਹੋਣੀ, ਨਾ ਰਾਜ ਦੀ ਪ੍ਰਾਪਤੀ ਉਹਨਾਂ ਚਿਰ ਹੋਣੀ ਹੈ, ਨਾ ਭਾਗ ਦੀ, ਨਾ ਕਿਸੇ ਹੋਰ ਚੀਜ਼ ਦੀ ਪ੍ਰਾਪਤੀ ਹੋਣੀ। ਜੇ ਰਾਜ ਲੈਣਾ, ਰਾਜ ਕਿਉਂ ਜ਼ਰੂਰੀ ਹੈ? ਰਾਜ ਬਿਨਾਂ ਨਹਿ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ, ਪਰ ਧਰਮ ਤੋਂ ਬਿਨਾਂ ਕੁਛ ਵੀ ਨਹੀਂ ਚੱਲਦਾ। ਰਾਜ ਤੋਂ ਬਿਨਾਂ ਗੁਲਾਮੀ ਆ ਜਾਂਦੀ ਹੈ, ਤੇ ਗੁਲਾਮਾਂ ਦਾ ਕਾਹਦਾ ਧਰਮ ਹੁੰਦਾ? ਜਦੋਂ ਹਿੰਦੂ ਗੁਲਾਮ ਹੋਇਆ ਤੇ ਅਗਲਿਆਂ ਨੇ ਜ਼ਬਰਦਸਤੀ ਜਨੇਊ ਲਾ ਕੇ, ਮਨਾਂ ਦੇ ਮਨ ਜਨੇਊ ਸ਼ਾਮ ਨੂੰ ਉਹ ਫੂਕ ਕੇ ਤੇ ਫਿਰ ਸੌਂਦੇ ਸਨ। ਗੁਲਾਮੀ ਆ ਗਈ, ਸਤਿਗੁਰ ਸੱਚੇ ਪਾਤਸ਼ਾਹ ਕੋਲੋਂ ਫਰਿਆਦ ਲੈ ਕੇ ਆਏ ਨੌਵੇਂ ਪਾਤਸ਼ਾਹ ਦੇ ਕੋਲ, ਉਹਨਾਂ ਦਾ ਸ਼ਹੀਦੀ ਪੁਰਬ ਵੀ ਆ ਰਿਹਾ। ਨੌਵੇਂ ਪਾਤਸ਼ਾਹ ਕੋਲ ਫਰਿਆਦ ਕੀਤੀ ਵੀ ਸਤਿਗੁਰ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਰੂਪ ਹੋ, ਤੁਸੀਂ ਸਾਡਾ ਧਰਮ ਬਚਾ ਸਕਦੇ, ਹੋਰ ਕੋਈ ਨਹੀਂ ਬਚਾ ਸਕਦਾ। ਬੇਸ਼ੱਕ ਪਹਿਲੇ ਜਾਮੇ 'ਚ ਸਤਿਗੁਰ ਸੱਚੇ ਪਾਤਸ਼ਾਹ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਸੀ, ਜਨੇਊ ਨਾਲ ਸਾਡਾ ਕੋਈ ਸੰਬੰਧ ਨਹੀਂ, ਕੋਈ ਵਾਸਤਾ ਨਹੀਂ, ਪਰ ਸਿੱਖਾਂ ਦਾ ਸਿਧਾਂਤ ਹੈ ਸਰਬੱਤ ਦੇ ਭਲੇ ਦਾ, ਜੀਓ ਅਤੇ ਜੀਉਣ ਦੇ ਉਹਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕੋਈ ਧਰਮ ਆਪਣੀ ਮਰਜ਼ੀ ਨਾਲ ਛੱਡ ਜਾਵੇ ਜੀ ਸਦਕੇ, ਪਰ ਕਿਸੇ ਨੂੰ ਬਰਕਲਾ ਕੇ ਲਾਲਚ ਦੇ ਕੇ ਜਬਰੀ ਧਰਮ ਕਬੂਲ ਕਰਾਉਣਾ ਪ੍ਰਵਾਨ ਨਹੀਂ। ਨੌਵੇਂ ਪਾਤਸ਼ਾਹ ਨੇ ਆਪ ਦਿੱਲੀ ਜਾ ਕੇ ਸੀਸ ਕਟਾਇਆ, ਸੀਸ ਕਟਾ ਕੇ ਜਨੇਊ ਦੀ ਰਾਖੀ ਕੀਤੀ, ਪਰ ਜਿਨ੍ਹਾਂ ਦੀ ਕੀਤੀ ਉਹਨਾਂ ਅਕਿਰਤ ਕਣਾਂ ਦੇ ਪੁੱਤ ਪੋਤਰਿਆਂ ਨੇ ਜਾ ਕੇ ਦਸਵੇਂ ਪਾਤਸ਼ਾਹ ਦੇ ਉੱਤੇ ਫੌਜਾਂ ਚੜਾ ਕੇ ਕਈ ਵਾਰ ਹਮਲੇ ਕੀਤੇ। ਸੋ ਇਹ ਅਕਿਰਤ ਘਣਾ ਦੀ ਕੌਮ ਹੈ, ਇਹਨਾਂ ਨੇ ਏਦਾਂ ਹੀ ਕਰਨਾ, ਪਰ ਅਸੀਂ ਆਪਣਾ ਬਚਾ ਕਿਵੇਂ ਕਰਨਾ? ਅਸੀਂ ਹੁਣ ਪਿੱਟੀ ਤੇ ਜਾਣਾ ਨਹੀਂ। ਅਸੀਂ ਹੁਣ ਇਹ ਪਿੱਟੀ ਨਹੀਂ ਜਾਣਾ ਵੀ ਸਾਡੇ ਨਾਲ ਧੱਕਾ ਵੜਾ ਹੋ ਗਿਆ ਜੀ, ਸਾਡੇ ਨਾਲ ਧੱਕਾ ਹੋ ਰਿਹਾ, ਸਾਰੀ ਦੁਨੀਆਂ ਨੂੰ ਪਤਾ ਵਾ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੋਈ ਗੱਲ ਨਹੀਂ ਕਰਦਾ, ਨਾ ਕਿਸੇ ਨੇ ਕਰਨੀ ਹੈ, ਕਿਉਂਕਿ ਗੱਲ ਉਹਨਾਂ ਦੀ ਹੁੰਦੀ ਜਿੰਨਾ ਚਿਰ ਆਪ ਕੋਈ ਦਮ ਹੁੰਦਾ। ਜਿੰਨਾ ਚਿਰ ਅਸੀਂ ਬੈਠ ਕੇ ਏਦਾਂ ਧੱਕਾ ਸਹਿਣਾ ਉਹਨਾਂ ਚਿਰ ਹੋ ਹੀ ਜਾਣਾ, ਤੇ ਜਿੱਦਣ ਅਸੀਂ ਧੱਕੇ ਦਾ ਜਵਾਬ ਧੱਕੇ 'ਚ ਦੇਣ ਲੱਗ ਪਏ ਉਦਣ ਇਹ ਸਾਰੇ ਧੱਕੇ ਬੰਦ ਹੋ ਜਾਣਗੇ। ਕਿਉਂਕਿ ਹਕੂਮਤ ਨੂੰ ਇੱਕੋ ਭਾਸ਼ਾ ਸੁਣਦੀ ਹੈ। ਪ੍ਰੇਮ ਨਾਲ ਧਰਨੇ ਲਾ ਕੇ ਦੇਖੇ ਅਸੀਂ, ਕਿੰਨਾ ਕਿੰਨਾ ਚਿਹਰਾ ਅਸੀਂ ਧਰਨਿਆਂ ਤੇ ਬੈਠੇ ਰਹੇ, ਕਿੰਨਾ ਕਿੰਨਾ ਚਿਹਰਾ ਅਸੀਂ ਸ਼ਾਂਤਮਈ ਸ਼ਹਾਦਤਾਂ ਦਿੱਤੀਆਂ, ਕਿੰਨਾ ਕਿੰਨਾ ਚਿਹਰਾ ਅਸੀਂ ਗੋਲੀਆਂ ਖਾਧੀਆਂ ਇਹਨਾਂ ਦੇ ਕੋਲੋਂ, ਕਿੰਨਾ ਕਿੰਨਾ ਚਿਹਰਾ ਅਸੀਂ ਡਾਂਗਾਂ ਖਾਧੀਆਂ। ਤੁਸੀਂ ਦੱਸੋ ਕੀ ਫਰਕ ਪੈ ਗਿਆ? ਕੋਈ ਬਦਲਾਅ ਆਇਆ? ਅਜੇ ਤੱਕ ਉਹੋ ਹੀ ਹਾਲਾਤ ਨੇ। ਪਹਿਲਾਂ ਨੌਜਵਾਨ ਇਹਨਾਂ ਗੋਲੀਆਂ ਨਾਲ ਮਾਰ ਮਾਰ ਕੇ ਖਪਾ ਤੇ। ਇਹ ਉਹ ਇਲਾਕਾ ਹੈ ਜਿੱਥੋਂ ਸਾਡਾ ਵੀ ਪਿੰਡ ਕੋਲ ਬਹੁਤੀ ਦੂਰ ਨਹੀਂ। ਇਸ ਇਲਾਕੇ ਦੇ ਵਿੱਚ ਹਰ ਪਿੰਡ ਦੇ ਵਿੱਚ 5-7-10 ਨੌਜਵਾਨ ਐਸੇ ਸੀ ਜਿਹੜੇ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਉਸ ਮੌਕੇ ਦੀ ਹਕੂਮਤ ਨੇ। ਅੱਜ ਇਹੋ ਹੀ ਇਲਾਕਾ, ਇਸ ਇਲਾਕੇ 'ਚ ਹਰ ਪਿੰਡ 'ਚ 15-20 ਨੌਜਵਾਨ ਦੁੱਗਣੇ ਘੱਟੋ ਘੱਟ ਨਸ਼ੇ ਦੀ ਭੇਟ ਚੜ ਗਏ ਨੇ। ਤੋ ਜਿਹੜੇ ਬੰਦੇ ਇਹ ਸਵਾਲ ਕਰਦੇ ਨੇ ਵੀ ਭਾਈ ਤੁਹਾਡੀ ਨਸਲਕੁਸ਼ੀ ਹੁਣ ਹੋ ਨਹੀਂ ਰਹੀ, ਦਿਖਾਓ ਸਾਨੂੰ। ਦੇਖੋ, ਨਸਲਕੁਸ਼ੀ ਇਕੱਲੀ ਗੋਲੀ ਨਾਲ ਨਹੀਂ ਵਾਪਰਦੀ, ਗੋਲੀ ਦੀ ਆਵਾਜ਼ ਹੁੰਦੀ ਹੈ, ਹਕੂਮਤ ਨੂੰ ਜਵਾਬਦੇਹ ਬਣਨਾ ਪੈਂਦਾ। ਭਾਈ ਖਾਲੜੇ ਦੀ ਸ਼ਹਾਦਤ ਤੋਂ ਬਾਅਦ ਹਕੂਮਤ ਨੇ ਪੈਤਰਾ ਬਦਲ ਲਿਆ। ਉਹਨੇ ਕਿਹਾ ਵੀ ਇਹਨਾਂ ਨੂੰ ਗੋਲੀਆਂ ਨਾਲ ਮਾਰਾਂਗੇ, ਸ਼ਹੀਦ ਬਣਨਗੇ। ਜਿੱਥੇ ਸ਼ਹੀਦ ਦਾ ਲਹੂ ਡੁੱਲੂ ਉੱਥੇ ਅਨੇਕਾਂ ਸ਼ਹੀਦ ਪੈਦਾ ਹੋਣਗੇ। ਇਹਨਾਂ ਨੂੰ ਐਸੇ ਕੰਮ ਤੇ ਲਾ ਦਿਓ ਵੀ ਇਹ ਆਪ ਹੀ ਮਰ ਜਾਣ। ਪਹਿਲਾਂ ਸਾਡੇ 'ਚ ਗੰਦੇ ਗੀਤ ਗਵਾਉਣ ਲਈ ਆਪਰੇਸ਼ਨ ਨਾਈਟ ਡੋਮੀਨੈਂਸ ਚਲਾਇਆ, ਉਹਦੇ 'ਚ KPS ਗਿੱਲ ਨੇ ਆਪ ਜਾ ਜਾ ਕੇ ਖਵਾੜੇ ਲਾਏ ਪੁਲਿਸ ਦੀ ਛਾਉਣੀ ਬਣਾ ਕੇ ਪੁਲਿਸ ਦੀ ਛਦਰ ਛਾਇਆ 'ਚ, ਤੇ ਫਿਰ ਉਹਨਾਂ ਗਾਣਿਆਂ 'ਤੇ ਸਾਨੂੰ ਨੱਚਣ ਲਾਇਆ। ਸਾਡਾ ਅਜੇ ਤਾਜ਼ਾ ਕਤਲੇਆਮ ਹੋ ਕੇ ਹਟਿਆ ਸੀ, ਲੱਖਾਂ ਨੌਜਵਾਨ ਅਸੀਂ ਆਪਣੇ ਸ਼ਹੀਦ ਕਰਾ ਕੇ ਤੇ ਨਾਲ ਦੀ ਨਾਲ ਅਸੀਂ ਗਾਣੇ ਗਾਉਣ ਲੱਗ ਪਏ। ਉਸ ਤੋਂ ਬਾਅਦ 'ਚ ਸਾਡੇ 'ਤੇ ਨਸ਼ਿਆਂ ਦਾ ਜ਼ੋਰ ਚੱਲਿਆ। ਨਸ਼ੇ, ਤੁਸੀਂ ਦੱਸੋ ਗੁਜਰਾਤ ਦੇ ਲੋਕ ਨਸ਼ੇ ਕਿਉਂ ਨਹੀਂ ਕਰਕੇ ਮਰਦੇ? ਹਰਿਆਣੇ ਦੇ ਕਿਉਂ ਨਹੀਂ ਕਰਦੇ ਨਸ਼ੇ ਲੋਕ? ਦਿੱਲੀ ਦੇ ਕਿਉਂ ਨਹੀਂ ਕਰਦੇ? ਪੰਜਾਬ ਦੇ ਨੌਜਵਾਨ ਕਿਉਂ ਨਸ਼ਿਆਂ ਤੇ ਲੱਗੇ ਆ? ਇੱਥੇ ਬੜੀ ਤਰੀਕੇ ਨਾਲ, ਬੜੀ ਪਲੈਨਿੰਗ ਨਾਲ ਇਹ ਨਸ਼ਾ ਲੈ ਕੇ ਆਉਂਦਾ। ਆ ਸਾਡੀ, ਅਸੀਂ ਉੱਥੇ ਬੇਨਤੀ ਕੀਤੀ ਸੀ ਵੀ ਆਓ ਜਿਹਨੇ ਨਸ਼ੇ ਛੱਡਣੇ ਆ। 13-14 ਸਾਲ ਦੇ ਨੌਜਵਾਨ ਮੁੰਡੇ ਉੱਥੇ। ਹੁਣ ਤੁਸੀਂ ਮੈਨੂੰ ਦੱਸੋ ਵੀ ਹਕੂਮਤ ਕਹਿੰਦੀ ਹੈ, ਕਿਸੇ ਵੇਲੇ ਕਈ ਤਰਕ ਦੇਣ ਵਾਲੇ ਕਹਿ ਦਿੰਦੇ ਆ ਵੀ ਕਿਹੜਾ ਕੋਈ ਨਸ਼ਾ ਤੁਹਾਡੇ ਮੂੰਹ 'ਚ ਪਾ ਕੇ ਜਾਂਦਾ, ਪਰ ਮੈਂ ਇਹਨਾਂ ਨੂੰ ਪੁੱਛਦਾ ਵੀ ਜੇ ਨਸ਼ਾ ਕੋਈ ਮੂੰਹ 'ਚ ਪਾ ਕੇ ਨਹੀਂ ਜਾਂਦਾ, ਬੰਦਾ ਆਪਣੀ ਮਰਜ਼ੀ ਨਾਲ ਕਰਦਾ, ਤੁਸੀਂ ਸਾਰਿਆਂ ਨੂੰ ਹਥਿਆਰ ਕਿਉਂ ਨਹੀਂ ਵੰਡ ਦਿੰਦੇ? ਫਿਰ ਆਪਣੀ ਮਰਜ਼ੀ ਨਾਲ ਹਥਿਆਰਾਂ ਦੀ ਕੋਈ ਦੁਰਵਰਤੋਂ ਕਰੂ? ਕਿਹੜਾ ਕਿਸੇ ਨੂੰ ਸਿਖਾ ਜਾਂਦਾ ਜਦੋਂ, ਕਿਉਂਕਿ ਹਕੂਮਤ ਨੂੰ ਪਤਾ ਹੈ ਹਥਿਆਰ ਹਕੂਮਤ ਦੇ ਉਲਟ ਚੱਲ ਸਕਦਾ, ਨਸ਼ਾ ਉਹਨਾਂ ਦੇ ਪੱਖ 'ਚ ਚੱਲਦਾ, ਨਸ਼ਾ ਹਕੂਮਤ ਦੀ ਛਤਰ ਛਾਇਆ 'ਚ ਵਿਕਦਾ, ਹਥਿਆਰ ਹਕੂਮਤ ਨੂੰ ਡਰਾਉਂਦੇ ਨੇ। ਇਸ ਕਰਕੇ ਉਹਨੇ ਪਾਬੰਦੀ ਲਾਈ, ਨਜਾਇਜ਼ ਹਥਿਆਰ ਜਿੰਨੇ ਮਰਜ਼ੀ ਲਈ ਜਾਓ ਉਹਨਾਂ ਦੇ ਪਾ ਤੁਸੀਂ ਇੱਥੇ, ਉਹ ਕਹਿੰਦੇ ਤੁਹਾਡੇ ਲਾਇਸੈਂਸ ਹੀ ਨਹੀਂ ਰਹਿਣ ਦੇਣੇ। ਪਰ ਮੈਂ ਇੱਕ ਗੱਲ ਹਕੂਮਤ ਨੂੰ ਵੀ ਕਹਿ ਦਿੰਦਾ, ਲਾਇਸੈਂਸ ਕਿੰਨੇ ਦੇਣਾ ਸਾਨੂੰ?
ਕਲਗੀ ਵਾਲੇ ਨੇ ਦੇਣਾ ਲਾਇਸੈਂਸ, ਉਸ ਦੇ ਲਾਇਸੈਂਸ ਤੋਂ ਵੱਡਾ ਕਿਸੇ ਕੋਲ ਲਾਇਸੈਂਸ ਹੈਗਾ? ਉਹਨੇ ਚਾਰ ਪੁੱਤਰ ਵਾਰ ਕੇ ਤੇ ਕਿਹਾ ਸੀ ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਸਾਨੂੰ ਲਾਇਸੈਂਸ ਦੇਈ ਬੈਠਾ ਵੀ ਸ਼ਸਤਰਾਂ ਤੋਂ ਬਿਨਾਂ ਦਿਦਾਰੇ ਨਹੀਂ ਦੇਣੇ, ਕਿਸੇ ਹਕੂਮਤ ਦੇ ਲਾਇਸੈਂਸ ਦੀ ਸਾਨੂੰ ਲੋੜ ਨਹੀਂ। ਤੇ ਜੇ ਹਕੂਮਤ ਚਾਹੁੰਦੀ ਹੈ ਵੀ ਸਿੱਖ ਸਹੀ ਰਾਹ ਤੇ ਤੁਰਨ, ਸਿੱਖ ਕੋਈ ਐਸਾ ਕੰਮ ਨਾ ਕਰਨ ਜਿਹੜੇ ਕੰਮ ਚ ਬਾਅਦ ਚ ਇਹਨਾਂ ਨੇ ਪਿੱਟ ਸਿਆਪਾ ਕਰਨਾ ਵੀ ਸਾਡੀ ਸ਼ਾਂਤੀ ਭੱਜ ਗਈ, ਸ਼ਾਂਤੀ ਕਿਤੇ ਹੋਰ ਨਿਕਲ ਗਈ ਹੈ, ਉਹ ਹਕੂਮਤ ਆਪੇ ਬਾਜ ਆ ਜਾਵੇ। ਇਹ ਜਿਹੜੇ ਸ਼ਸਤਰ ਨੇ ਮਜ਼ਲੂਮ ਦੀ ਰਾਖੀ ਲਈ ਨੇ, ਜਿਹੜੇ ਪੁਲਿਸ ਸ਼ਸਤਰ ਲਈ ਫਿਰਦੀ ਹੈ, ਕਿੰਨੇ ਜਿਹੜੇ ਨਿਰਦੋਸ਼ ਬੰਦੇ ਨੇ ਇਹਨਾਂ ਇਹਨਾਂ ਨੇ ਭੇਟ ਚੜਾਏ ਨੇ। ਜੇ ਬੰਦ ਕਰਨੇ ਹੈ ਤੇ ਪਹਿਲਾਂ ਇਹਨਾਂ ਲੀਡਰਾਂ ਦੀ ਸਿਕਿਉਰਿਟੀ ਵਾਪਸ ਲਓ, ਇਹਨਾਂ ਮੁੱਖ ਮੰਤਰੀ ਆਪਣੀ ਸਿਕਿਉਰਿਟੀ ਵਾਪਸ ਦੇਵੇ ਜਿਹੜਾ 800-900 ਬੰਦਾ ਲਈ ਫਿਰਦਾ ਨਾਲ। ਇਹ ਜਿਹੜੇ ਸਿੱਖਾਂ ਨੂੰ ਗਾਲਾਂ ਕੱਢਣ ਵਾਲੇ ਨੇ, ਇਹਨਾਂ ਨੂੰ 20-20 ਗਨਮੈਨ ਦਿੱਤੇ ਨੇ, ਇਹ ਕਿਹਦੇ ਪੈਸੇ ਦੇ ਨੇ? ਲੋਕਾਂ ਦੇ ਪੈਸੇ ਦੇ ਉੱਤੇ ਸਾਡੀਆਂ ਜੇਬਾਂ ਚੋਂ ਟੈਕਸ ਜਾਵੇ, ਸਾਡੀਆਂ ਜੇਬਾਂ ਚੋਂ ਟੈਕਸ ਜਿੱਥੇ ਜਾ ਰਿਹਾ ਉੱਥੇ ਜਾਵੇ ਕਿੱਥੇ? ਉਹਨਾਂ ਲੋਕਾਂ ਦੇ ਗਨਮੈਨਾਂ ਨੂੰ ਤਨਖਾਹਾਂ ਮਿਲਣ ਜਿਹੜੇ ਲੋਕ ਦਿਨ ਰਾਤ ਕਹਿੰਦੇ ਵੀ 2% ਸਿੱਖ ਨੇ ਇਹਨਾਂ ਨੂੰ ਮਸਲ ਦਿਆਂਗੇ, ਮਾਰ ਦਿਆਂਗੇ। ਸੋ ਇਸ ਕਰਕੇ ਜੇ ਅਵੇਸਲੇ ਹੋ ਕੇ ਬਹਿਣਾ, ਮੈਂ ਕੱਲ ਵੀ ਇੱਕ ਗੱਲ ਕਹੀ ਸੀ, ਜਿੱਦਾਂ ਦੇ ਸਾਡੇ ਹਾਲਾਤ ਨੇ ਖਾਲਸਾ ਜੀ, ਆਪਾਂ ਇੱਕ ਕੰਮ ਕਰੀਏ, ਜੇ ਤੇ ਗੁਰੂ ਕੇ ਸਿੱਖ ਬਣਨਾ, ਜੇ ਤੇ ਗੁਰੂ ਦੇ ਲੜ ਲੱਗਣਾ, ਜੇ ਤੇ ਸੀਸ ਤਲੀ ਤੇ ਧਰਨਾ, ਜੇ ਤੇ ਇਹ ਬਚਨਾਂ ਤੇ ਪਹਿਰਾ ਦੇਣਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ ਹੋ ਸਭਨਾ ਕੀ ਰੇਣੂਕਾ ਤੋਂ ਆਓ ਹਮਾਰੇ ਪਾਸ। ਜੇ ਇਨ ਜੇ ਇਹਨਾਂ ਬਚਨਾਂ ਤੇ ਪਹਿਰਾ ਦੇਣਾ ਤੇ ਫਿਰ ਤੇ ਭਾਈ ਤਿਆਰੀ ਕਰ ਲੋ, ਸਮਾਂ ਕੋ ਬਹੁਤਾ ਨਹੀਂ। ਮੈਂ ਕੋ ਗੋਲ ਮੱਲਾ ਗੱਲਾਂ ਕਰਨ ਵਾਲਾ ਜਾਂ ਝੂਠ ਬੋਲਣ ਵਾਲਾ ਬੰਦਾ ਨਹੀਂ ਹੈਗਾ, ਨਾ ਮੈਂ ਬੋਲਿਆ ਨਾ ਮੈਂ ਕੋ ਬੋਲਿਆ ਜਾਣਾ ਹੈ। ਸਮਾਂ ਕੌਮ ਤੇ ਆ ਰਿਹਾ ਬੜਾ ਭਿਆਨਕ, ਜਿਹੋ ਜਿਹੇ ਹਾਲਾਤ ਨੇ ਜੋ ਕੁਛ ਦਿੱਲੀ ਵਾਪਰਿਆ ਸੀ, ਅਸੀਂ ਸਮਝਦੇ ਸੀ ਵੀ ਦਿੱਲੀ ਦੇ ਸਿੱਖਾਂ ਨੇ ਸ਼ਸਤਰ ਤਿਆਗ ਦਿੱਤੇ ਤਾਂ ਵਾਪਰਿਆ, ਤੇ ਸਾਡੇ ਕੋਲ ਦੱਸੋ ਤੁਸੀਂ ਮੈਨੂੰ ਦੱਸੋ, ਹੱਥ ਖੜਾ ਕਰਕੇ ਮਹਾਰਾਜ ਦੀ ਹਜ਼ੂਰੀ ਚ ਆਏ ਜੋ ਸਤਿਗੁਰ ਸੱਜੇ ਪਾਤਸ਼ਾਹ ਦਾ ਬਚਨ ਹੈ ਵੀ ਮੇਰੇ ਦਰਸ਼ਨ ਨਾਲ ਉਹਨਾਂ ਸ਼ਸਤਰ ਲੈ ਕੇ ਆਉਣਾ ਹੈ, ਤੇ ਤੁਹਾਡੇ ਚੋਂ ਕਿੰਨੇ ਸਿੱਖ ਨੇ ਜਿਹੜੇ ਸ਼ਸਤਰ ਲੈ ਕੇ ਨਾਲ ਆਏ? ਨਿਹੱਥੇ ਹੋ ਕੇ ਗੁਰੂ ਦੀ ਹਜ਼ੂਰੀ ਚ ਆਏ ਆ, ਨਿਹੱਥੇ ਹੋ ਕੇ ਗੁਰੂ ਦੀ ਹਜ਼ੂਰੀ ਚ ਆ ਗਏ ਆ, ਤੇ ਨੰਗਾਤੇ ਹੋ ਕੇ ਸੜਕਾਂ ਤੇ ਤੁਰੇ ਫਿਰਦੇ ਆ। ਕੋਈ ਆਣ ਕੇ ਸਾਡੀ ਪੱਗ ਲਾ ਜਾਂਦਾ, ਕੋਈ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਨੂੰ ਹੱਥ ਪਾ ਜਾਂਦਾ। ਅੱਜ ਕੱਲ ਹਾਲਾਤ ਇਹ ਹੋ ਗਏ ਵੀ ਇੱਥੇ ਜਿਹੜੇ ਪ੍ਰਵਾਸੀ ਰਹਿੰਦੇ ਨੇ ਨਾ, ਉਹ ਸਾਡੀਆਂ ਧੀਆਂ ਭੈਣਾਂ ਨੂੰ ਗੰਦੀਆਂ ਨਜ਼ਰਾਂ ਨਾਲ ਵੇਖਣ ਲੱਗ ਪਏ। ਇਹ ਪ੍ਰਤੱਖ ਹੋ ਗਿਆ ਹੁਣ, ਤੇ ਕਦੋਂ ਇੰਤਜ਼ਾਰ ਕਦੋਂ ਤੱਕ ਕਰਨਾ ਵੀ ਜਦੋਂ ਆ ਕੇ ਗਲਮੇ ਨੂੰ ਹੱਥ ਪਾ ਲੈਣਗੇ ਉਦੋਂ ਕਰਨਾ ਕੁਛ?